ਸਰਵਣ ਕਰਕੇ ਸਾਰੇ ਵਰਗਾਂ ਦੇ ਲੋਕ ਸਤਿਗੁਰ ਜੀ ਦੇ ਚਰਨਾਂ ਕਮਲਾਂ ਵਿੱਚ ਝੁਕੇ ਔਰ ਉਹਨਾਂ ਨੇ ਆਪਣਾ ਅਨਮੋਲ ਜੀਵਨ ਸਫਲ ਕੀਤਾ। ਸਤਿਗੁਰ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ, ਕਹੇ ਰਵਿਦਾਸ ਭਜ ਹਰ ਨਾਮ, ਪ੍ਰਭ ਸੋ ਧਿਆਨ ਸਫਲ ਸਭ ਕਾ। ਸਤਿਗੁਰ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ, ਮਾਨੁਖਾ ਅਵਤਾਰ ਦੁਰਲਭ, ਜਿੰਨੇ ਵੀ ਜੀਵ ਇਸ ਮਾਨ ਜਨਮ ਵਿੱਚ ਆਏ ਸਭਨਾਂ ਨੂੰ ਅਵਤਾਰਾਂ ਵਰਗਾ ਅਨਮੋਲ ਜੀਵਨ ਪ੍ਰਾਪਤ ਹੋਇਆ ਹੈ, ਜੋ 84 ਲੱਖ ਜੂਨਾਂ ਦੇ ਸਭ ਤੋਂ ਸ੍ਰੇਸ਼ਟ ਹੈ। ਔਰ ਜਦੋਂ ਇਹ ਜੀਵ ਸੰਤਾਂ ਦੀ ਸੰਗਤ ਵਿੱਚ ਜਾਂਦਾ ਹੈ, ਰਵਿਦਾਸ ਭਣੇ ਜੋ ਜਾਣੇ ਸੋ ਜਾਣ, ਸੰਤ ਅਨੰਤ ਹੈ ਅੰਤਰ ਨਾਹੀਂ। ਸੰਤ ਮਹਾਂਪੁਰਖ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਹੋਣ, ਉਹ ਭੁੱਲੀ ਭਟਕੀ ਹੋਈ ਮਨੁੱਖਤਾ ਨੂੰ ਸੰਤ ਮਾਰਗ ਬਖਸ਼ਿਸ਼ ਕਰਨ ਵਾਸਤੇ ਆਉਂਦੇ ਹਨ। ਜਦੋਂ ਜੀਵ ਸੰਤਾਂ ਦੀ ਸੰਗਤ ਵਿੱਚ ਜਾਂਦਾ, ਸੰਤ ਮਹਾਂਪੁਰਖ ਪਹਿਲਾਂ